ਮੈਨੂੰ ਰੂਹ ਦਾ ਹਾਣੀ ਦੱਸ ਕੇ ਜ਼ਹਿਰ ਦੇ ਗਿਆ ਪਾਣੀ ਦੱਸ ਕੇ ਮੈਨੂੰ ਆਪਣਾ ਆਪ ਭੁਲਾ ਦਿੱਤਾ ਉਹਨੇ ਇੱਕ ਕਹਾਣੀ ਦੱਸ ਕੇ ਕੱਖਾਂ ਵਾਂਗੂ ਰੋਲ ਦਿੱਤਾ ਏ ਦਿਲ ਦੇ ਮੈਨੂੰ ਰਾਣੀ ਦੱਸ ਕੇ ਹੁਣ ਉਹਨੇ ਅਨਫੋਲੋ ਕਰ ਦਿੱਤਾ ਬੁੱਝ ਗਈ ਏ ਕਹਾਣੀ ਦੱਸ ਕੇ। ਅਸਲਾਮ ਅਲੈਕਮ, ਆ ਗਿਆ ਤੁਹਾਡਾ ਯਾਰ ਮਲਿਕ। ਦੋਸਤੋ, ਕੀ ਹਾਲ ਏ ਤੁਹਾਡਾ? ਠੀਕ ਠਾਕ ਹੋ? ਅੱਲਾ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਅਤੇ ਤੁਹਾਡੇ ਵੱਡਿਆਂ ਨੂੰ ਸਿਹਤ ਤੰਦਰੁਸਤੀ ਦੇਵੇ। ਅਤੇ ਅੱਜ ਮੈਂ ਲੈ ਕੇ ਆ ਜੀ ਰੂਸੀ ਕੁੱਤੇ ਨੇ, ਅਤੇ 7 ਮਹੀਨੇ ਇਹਨਾਂ ਦੀ ਉਮਰ ਏ, ਅਤੇ ਪਿੰਕ ਨੱਕ ਵਾਲੇ ਨੇ, ਪਿਓਰ ਰੂਸੀ ਨੇ ਜੀ। ਬਰੀਕ ਜਿਹੜੇ ਇਹਨਾਂ ਦੇ ਜਿਸਮ ਦੇ ਉੱਤੇ ਰੇਸ਼ਮ ਵਰਗੇ ਵਾਲ ਨੇ, ਬਹੁਤ ਖੂਬਸੂਰਤ ਵਾਲ ਨੇ। ਜਿਹੜੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਵੇ ਉਹ ਸਾਡੇ ਕੋਲੋਂ ਮੰਗਾ ਸਕਦਾ। ਕਾਰਗੋ ਦੀ ਸਹੂਲਤ ਜਿਹੜੀ ਹੈ ਪੂਰੇ ਪਾਕਿਸਤਾਨ 'ਚ ਮੌਜੂਦ ਹੈ। ਜਿੱਥੇ ਮੇਰਾ ਵੀਰ ਦੋਸਤ ਬਜ਼ੁਰਗ ਭਾਈ ਕਹੇਗਾ ਅਸੀਂ ਜਨਾਬ ਉੱਥੇ ਪਹੁੰਚਾ ਦੇਵਾਂਗੇ। ਅਤੇ ਹਫਾਜ਼ਤੀ ਟੀਕੇ ਅਤੇ ਡਿਵਰਮਿੰਗ ਜਿਹੜੀ ਹੈ ਉਹ ਇਹਨਾਂ ਨੂੰ ਹੋਈ ਹੈ ਜੀ। ਇਹ 7 ਮਹੀਨੇ ਦੇ ਨੇ, ਅਤੇ ਇਹਨਾਂ ਤੋਂ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਮਿਲ ਜਾਣਗੇ, ਜਿਹੜੇ 2 ਮਹੀਨੇ ਦੇ ਹੋਣਗੇ, ਠੀਕ ਹੈ ਨਾ? ਅਤੇ ਉਹ ਵੀ ਤੁਹਾਨੂੰ ਮਿਲ ਜਾਣਗੇ। ਇਹ ਵੱਡੇ ਨੇ, ਇਹ ਤੁਹਾਨੂੰ ਜਿਹੜਾ ਸਕਰੀਨ 'ਤੇ ਚੱਲਦੇ ਨਜ਼ਰ ਆ ਰਹੇ ਨੇ, ਖੂਬਸੂਰਤ ਨੇ, ਬਿਲਕੁਲ ਚਿੱਟੇ ਦੁੱਧ ਰੰਗ ਨੇ ਇਹਨਾਂ ਦੇ, ਅਤੇ 0 ਸਾਈਜ਼ ਇਹਨਾਂ ਦਾ ਹੁੰਦਾ ਜੇ, ਠੀਕ ਹੈ ਨਾ, ਛੋਟਾ, ਯਾਨੀ ਕਿ ਸਾਈਜ਼ ਜਿਹੜਾ। ਅਤੇ ਰੇਸ਼ਮ ਵਰਗੇ ਇਹਨਾਂ ਦੇ ਵਾਲ ਨੇ, ਬਿਲਕੁਲ ਸਫੈਦ, ਅਤੇ ਪਿੰਕ ਰੰਗ ਦਾ ਇਹਨਾਂ ਦਾ ਨੱਕ ਹੁੰਦਾ, ਪਿਆਰੀਆਂ ਜਿਹੀਆਂ ਇਹਨਾਂ ਦੀਆਂ ਅੱਖਾਂ ਹੁੰਦੀਆਂ ਨੇ, ਔਰ ਜਨਾਬ ਇਹਨਾਂ ਦੇ ਖੂਬਸੂਰਤ ਜਿਹੜੇ ਕੰਨ ਖੜ੍ਹੇ ਹੁੰਦੇ ਨੇ, ਔਰ ਜਿਹੜਾ ਇਹਨਾਂ ਦਾ ਪਿੰਕ ਨੱਕ ਹੁੰਦਾ ਉਹ ਬੜਾ ਹੀ ਪਿਆਰਾ ਲੱਗਦਾ। ਇਹ ਪਿਓਰ ਦੀ ਨਿਸ਼ਾਨੀ ਹੁੰਦੀ ਹੈ ਜੀ। ਕਾਰਗ ਦੀ ਸਹੂਲਤ ਜਿਹੜੀ ਹੈ ਜਨਾਬ ਪੂਰੇ ਪਾਕਿਸਤਾਨ 'ਚ ਮੌਜੂਦ ਹੈ। ਜਿੱਥੇ ਵੀਰ ਮੇਰਾ ਦੋਸਤ ਮੇਰਾ ਭਾਈ ਕਹੇਗਾ ਜਨਾਬ ਉੱਥੇ ਅਸੀਂ ਇਹਨਾਂ ਨੂੰ ਪਹੁੰਚਾ ਦੇਵਾਂਗੇ, ਠੀਕ ਹੈ ਨਾ ਜੀ? ਅਤੇ ਦੋਸਤੋ, ਪਿਆਰੀ ਪਿਆਰੀ ਚੀਜ਼ਾਂ ਰੱਖਿਆ ਕਰੋ ਜਿਹੜੀਆਂ ਘਰ 'ਚ ਸੋਹਣੀਆਂ ਵੀ ਲੱਗਣ, ਖੂਬਸੂਰਤ ਲੱਗਣ, ਅਤੇ ਤੁਹਾਡੇ ਵਾਸਤੇ ਤੁਹਾਨੂੰ ਸ਼ੌਕ ਕਰਾਉਣ ਵਾਸਤੇ ਮੈਂ ਅੱਛੀਆਂ ਅੱਛੀਆਂ ਖੂਬਸੂਰਤ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਫਾਰਮ ਦੀਆਂ ਜਨਾਬ ਲੈ ਕੇ ਆਉਂਦਾ ਵਾਂ, ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦਾ ਵਾਂ। ਅਤੇ ਤੁਸੀਂ ਜਿਹੜਾ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਕਿ ਮੈਂ ਜਿਹੜਾ ਤੁਹਾਡੀ ਖਾਤਰ ਜਿਹੜਾ ਵੀਡੀਓ ਬਣਾਉਂਦਾ ਵਾਂ, ਔਰ ਤੁਹਾਨੂੰ ਸ਼ੌਕ ਕਰਾਉਂਦਾ ਵਾਂ ਆਪਣੇ ਫਾਰਮ ਦਾ, ਕਿ ਮੇਰੇ ਦੋਸਤ ਮੇਰੇ ਵੀਰ ਜਿਹੜੇ ਨੇ ਉਹ ਸ਼ੌਕ ਜਿਹੜਾ ਉਹ ਬਰਕਰਾਰ ਰੱਖਣ, ਠੀਕ ਹੈ ਨਾ ਜੀ? ਅਤੇ ਇਹ ਰੂਸੀ ਕੁੱਤੇ ਅੱਜ ਮੈਂ ਲੈ ਕੇ ਆਇਆ ਜਨਾਬ, 7 ਮਹੀਨੇ ਇਹਨਾਂ ਦੀ ਉਮਰ ਹੈ, ਅਤੇ ਤੁਹਾਨੂੰ ਜਿਹੜਾ ਛੋਟੇ ਬੱਚੇ ਵੀ ਮਿਲ ਜਾਣਗੇ ਰੂਸੀ ਕੁੱਤੇ ਦੇ, ਬੜੇ ਖੂਬਸੂਰਤ ਹੁੰਦੇ ਨੇ, ਬੜੇ ਪਿਆਰੇ ਹੁੰਦੇ ਨੇ, ਰੇਸ਼ਮ ਵਰਗੇ ਵਾਲ ਹੁੰਦੇ ਨੇ, ਪਿੰਕ ਰੰਗ ਦਾ ਇਹਨਾਂ ਦਾ ਨੱਕ ਹੁੰਦਾ, ਕਾਲੀਆਂ ਇਹਨਾਂ ਦੀਆਂ ਮੋਟੀਆਂ ਅੱਖਾਂ ਹੁੰਦੀਆਂ ਨੇ, ਔਰ ਜਨਾਬ ਇਹਨਾਂ ਦੇ ਕੰਨ ਜਿਹੜੇ ਨੇ ਉਹ ਖਲੋਤੇ ਹੁੰਦੇ ਨੇ, ਠੀਕ ਹੈ ਨਾ ਜੀ? ਇਹ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਓਰ ਜਿਹੜਾ ਹੋਏਗਾ ਉਹਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ। 0 ਸਾਈਜ਼ ਹੁੰਦਾ, 0 ਸਭ ਤੋਂ ਛੋਟਾ ਸਾਈਜ਼ ਕੁੱਤਿਆਂ ਦੇ ਵਿੱਚ ਉਹ 0 ਸਾਈਜ਼ ਹੁੰਦਾ, ਅਤੇ ਇਹ ਜਨਾਬ ਫਿਰ 0 ਸਾਈਜ਼ ਤੋਂ ਵੱਡੇ ਨਹੀਂ ਹੁੰਦੇ, ਠੀਕ ਹੈ ਨਾ ਜੀ? ਅਤੇ ਜਿਹੜੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਣ ਘਰ 'ਚ ਖੂਬਸੂਰਤ ਚੀਜ਼ ਵੇਖਣ ਵਾਸਤੇ, ਅਤੇ ਉਹ ਜਨਾਬ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਅਤੇ ਦੋਸਤੋ, ਮੇਰਾ ਯੂਟਿਊਬ 'ਤੇ ਚੈਨਲ ਹੈ ਮਲਕ ਹੰਟਰ ਦੇ ਨਾਮ 'ਤੇ, ਜਿੱਥੇ ਮੈਂ ਵੀਡੀਓ ਲਵਾਂਗਾ, ਤੁਸੀਂ ਉੱਥੇ ਜਾ ਕੇ, ਮੈਂ ਹੋਰ ਵੀ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਨੇ ਲਾਈਆਂ ਨੇ, ਤਾਂ ਤੁਸੀਂ ਉਹ ਜਨਾਬ ਜਾ ਕੇ ਵੇਖ ਸਕਦੇ। ਇਹਦੇ ਤੋਂ ਇਲਾਵਾ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਵੇ, ਤਿੱਤਰ ਚਾਹੀਦੇ ਹੋਣ, ਠੀਕ ਹੈ ਨਾ ਜੀ, ਕਾਲੇ ਚਾਹੀਦੇ ਹੋਣ, ਦੱਖਣੀ ਚਾਹੀਦੇ ਹੋਣ, ਅਰਾਨੀ ਚਾਹੀਦੇ ਹੋਣ, ਅਤੇ ਉਹ ਮੋਰ ਚਾਹੀਦੇ ਹੋਣ, ਚਕੋਰ ਚਾਹੀਦੇ ਹੋਣ, ਠੀਕ ਹੈ ਨਾ ਜੀ, ਖਰਗੋਸ਼ ਚਾਹੀਦੇ ਹੋਣ, ਅਤੇ ਹਰ ਕਿਸਮ ਦਾ ਕੁੱਤਾ ਜਿਹੜਾ ਉਹ ਤੁਹਾਨੂੰ ਤਾਜ਼ੀ ਵੀ ਮਿਲ ਜਾਏਗਾ, ਬੂਲੀ ਵੀ ਮਿਲ ਜਾਏਗਾ, ਗੁਲਟੇਰ ਵੀ ਮਿਲ ਜਾਏਗਾ, ਪੁਆਇੰਟਰ ਵੀ ਮਿਲ ਜਾਏਗਾ, ਰੂਸੀ ਵੀ ਮਿਲ ਜਾਏਗਾ, ਅਤੇ ਸਾਰੀਆਂ ਚੀਜ਼ਾਂ ਸਾਡੇ ਕੋਲ ਮਿਲ ਜਾਣਗੀਆਂ। ਅਤੇ ਤੁਸੀਂ ਇਹ ਲੈਣ ਵਾਸਤੇ ਸਾਡੇ ਨਾਲ ਰਾਬਤਾ ਕਰੋ ਵਟਸਐਪ 'ਤੇ ਜਾਂ ਫੋਨ ਨੰਬਰ 'ਤੇ ਰਾਬਤਾ ਕਰੋ, ਅਤੇ ਜਨਾਬ ਤੁਹਾਨੂੰ ਅਸੀਂ ਪਹੁੰਚਾ ਦੇਵਾਂਗੇ ਜਿੱਥੇ ਤੁਸੀਂ ਕਹੋਗੇ, ਠੀਕ ਹੈ ਨਾ ਜੀ? ਅਤੇ ਚੈਨਲ ਨੂੰ ਦੋਸਤੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਇੱਕ ਘੰਟੇ ਦਾ ਬਟਨ ਦੋਸਤੋ ਤੁਸੀਂ ਦਬਾਉਣਾ ਹੁੰਦਾ ਉਹਦੇ ਉੱਤੇ, ਯਕੀਨ ਕਰੋ ਤੁਹਾਡਾ ਕੋਈ ਖਰਚਾ ਨਹੀਂ ਆਉਣਾ ਹੁੰਦਾ, ਠੀਕ ਹੈ ਨਾ? ਨਾ ਤੁਹਾਡਾ ਬੈਲੈਂਸ ਜ਼ਾਇਆ ਹੋਣਾ, ਨਾ ਤੁਹਾਡੇ ਪੈਸੇ ਜ਼ਾਇਆ ਹੋਣੇ ਨੇ, ਅਤੇ ਤੁਹਾਡੇ ਵੱਲੋਂ ਮੈਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੇ ਵੀਰ, ਮੇਰੇ ਦੋਸਤ, ਮੇਰੇ ਬਜ਼ੁਰਗ, ਮੇਰੇ ਭਾਈ ਜਿੱਥੇ ਜਿੱਥੇ ਬੈਠੇ ਨੇ ਉਹ ਅੱਲਾਹ ਦੇ ਫਜ਼ਲ ਦੇ ਨਾਲ ਠੀਕ ਠਾਕ ਬੈਠੇ ਨੇ, ਉਹ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ ਤੱਕ ਪਹੁੰਚ ਜਾਂਦਾ। ਅਤੇ ਦੋਸਤੋ, ਇਹ ਚੀਜ਼ਾਂ ਮੰਗਾਉਣ ਵਾਸਤੇ ਜਨਾਬ ਤੁਸੀਂ ਮੇਰਾ ਵਟਸਐਪ ਨੰਬਰ ਜਿਹੜਾ ਨੋਟ ਕਰ ਲਓ, 0303-4858-273, ਇਹ ਮੇਰਾ ਵਟਸਐਪ ਨੰਬਰ ਹੈ ਜੀ। ਇਹਦੇ 'ਤੇ ਦੋਸਤ ਮੇਰੇ ਨਾਲ ਜਿਹੜਾ ਉਹ ਰਾਬਤਾ ਕਰ ਸਕਦੇ ਹੋ, ਠੀਕ ਹੈ ਨਾ ਜੀ? ਅਤੇ ਕਾਰਗੋ ਦੀ ਸਹੂਲਤ ਮੈਂ ਤੁਹਾਨੂੰ ਦੱਸ ਦਿੱਤਾ ਜਨਾਬ, ਪੂਰੇ ਪਾਕਿਸਤਾਨ 'ਚ ਮੌਜੂਦ ਹੈ। ਸਾਡੇ ਕੋਲ ਪੁਆਇੰਟਰ ਵੀ, ਛੋਟੇ ਬੱਚੇ ਹੁੰਦੇ ਨੇ, ਇੰਗਲਿਸ਼ ਪੁਆਇੰਟਰ ਵੀ, ਜਰਮਨ ਵੀ, ਤੁਸੀਂ ਉਹ ਵੀ ਅਗਰ ਲੈਣੇ ਹੋਣ ਸ਼ਿਕਾਰ ਵਾਸਤੇ ਤਿਆਰ ਕਰਨੇ ਹੋਣ ਆਪ, ਤਾਂ ਉਹ ਵੀ ਤੁਸੀਂ ਲੈ ਸਕਦੇ ਹੋ। ਵੱਡੇ ਵੀ ਹੁਣ ਜਿਹੜੇ ਨੇ
ਉਹ ਵੀ ਤੁਹਾਨੂੰ ਮਿਲ ਜਾਣਗੇ ਪੁਆਇੰਟਰ ਵੱਡੇ ਵੀ, ਠੀਕ ਹੈ ਨਾ, ਸ਼ਿਕਾਰ 'ਤੇ ਲੱਗੇ ਵੀ ਮਿਲ ਜਾਣਗੇ, ਤੁਸੀਂ ਆਪ ਲਾਉਣੇ ਹੋਣ ਤਾਂ ਤੁਸੀਂ ਆਪ ਵੀ ਲਾ ਸਕਦੇ ਹੋ ਸ਼ਿਕਾਰ 'ਤੇ, ਠੀਕ ਹੈ ਨਾ ਜੀ। ਅਤੇ ਸ਼ਿਕਾਰ ਦਾ ਸੀਜ਼ਨ ਜਿਹੜਾ ਜਨਾਬ ਇਹ ਸ਼ੁਰੂ ਹੋ ਗਿਆ, ਤੁਹਾਨੂੰ ਚੀਜ਼ ਕੋਈ ਸ਼ਿਕਾਰ ਦੇ ਮੁਤਲਕ ਚਾਹੀਦੀ ਹੋਵੇ ਤਾਂ ਉਹ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ। ਅਤੇ ਦੋਸਤੋ ਇਹਦੇ ਬਾਰੇ ਤੁਸੀਂ ਜਾਨਵਰਾਂ ਦੇ ਬਾਰੇ ਜਾਂ ਪਰਿੰਦੇ ਦੇ ਬਾਰੇ ਜਿਹੜਾ ਤੁਹਾਡੇ ਕੋਲ ਚੀਜ਼ ਰੱਖੀ ਉਹਦੇ ਬਾਰੇ ਪੁੱਛਣਾ ਹੋਵੇ ਤਾਂ ਤੁਸੀਂ ਜਨਾਬ ਸਾਡੇ ਕੋਲੋਂ ਪੁੱਛ ਸਕਦੇ ਹੋ ਵਟਸਐਪ 'ਤੇ, ਠੀਕ ਹੈ ਨਾ ਜੀ। ਅਤੇ ਅਸੀਂ ਜਿਹੜਾ ਸਾਡਾ ਫਾਰਮ ਦਾ ਤਜਰਬਾ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਨਾਬ, ਕਿ ਤੁਸੀਂ ਜਿਹੜਾ ਉਹਨੂੰ ਇਹ ਚੀਜ਼ ਦੇਣੀ ਹੈ ਔਰ ਮੋਟਾ ਤਾਜ਼ਾ ਔਰ ਹੈਲਦੀ ਹੋ ਜਾਏਗਾ, ਠੀਕ ਹੈ ਨਾ। ਅਤੇ ਇਹਨਾਂ ਵਾਸਤੇ ਸਾਰੀਆਂ ਚੀਜ਼ਾਂ ਵਾਸਤੇ ਜਨਾਬ ਤੁਸੀਂ ਇੱਕ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਮੇਰੀ ਵੀਡੀਓ ਜਿਹੜੀ ਹੈ ਜਿਹੜੀ ਵੀ ਮੈਂ ਲਾਵਾਂਗਾ ਉਹ ਤੁਹਾਡੇ ਤੱਕ ਆਰਾਮ ਨਾਲ ਪਹੁੰਚ ਜਾਏਗੀ, ਤੁਹਾਨੂੰ ਕੋਈ ਜਦੋਜਹਿਦ ਨਹੀਂ ਕਰਨੀ ਪਏਗੀ, ਠੀਕ ਹੈ ਨਾ ਜੀ। ਅਤੇ ਇਹਦੇ 'ਤੇ ਦੋਸਤੋ ਤੁਹਾਡਾ ਕੋਈ ਬੈਲੈਂਸ ਨਹੀਂ ਜ਼ਾਇਆ ਹੋਣਾ ਹੁੰਦਾ, ਤੁਸੀਂ ਇੱਕ ਮਿਹਰਬਾਨੀ ਕਰਕੇ ਘੰਟੀ ਦੇ ਬਟਨ ਨੂੰ ਦਬਾ ਲੈਣਾ ਅਤੇ ਮੇਰੀ ਆਉਣ ਵਾਲੀਆਂ ਵੀਡੀਓ ਸਾਰੀਆਂ ਤੁਹਾਡੇ ਕੋਲ ਬਸਾਨੀ ਪਹੁੰਚ ਜਾਣਗੀਆਂ। ਅਤੇ ਦੋਸਤੋ ਇਹਦੇ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਸਾਡੇ ਕੋਲ ਹਰ ਚੀਜ਼ ਫਾਰਮ ਦੇ ਉੱਤੇ ਅੱਲਾਹ ਦੇ ਫਜ਼ਲ ਨਾਲ ਮੌਜੂਦ ਹੈ, ਸਾਡਾ ਫਾਰਮ ਹੈ ਪ੍ਰੋਪਰ, ਇੱਕ ਅਸੀਂ ਬਣਾਇਆ ਜਨਾਬ, ਉੱਥੇ ਅਸੀਂ ਹਰ ਚੀਜ਼ਾਂ ਰੱਖੀਆਂ ਨੇ। ਅਤੇ ਤੁਸੀਂ ਵੀ ਜਿਹੜੀ ਤੁਹਾਨੂੰ ਸ਼ੌਕ ਹੋਵੇ ਚੀਜ਼ ਦਾ ਉਹ ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ। ਅਤੇ ਕਾਰਗੋ ਦੀ ਸਹੂਲਤ ਮੇਰਾ ਵੀਰ ਮੈਂ ਤੁਹਾਨੂੰ ਦੱਸ ਦਿੱਤਾ ਪੂਰੇ ਪਾਕਿਸਤਾਨ 'ਚ ਮੌਜੂਦ ਹੈ, ਤੁਸੀਂ ਸਿਰਫ ਸਾਨੂੰ ਆਰਡਰ ਕਰਨਾ ਕਿ ਮਲਿਕ ਸਾਹਿਬ ਇਹ ਚੀਜ਼ ਸਾਡੇ ਘਰ ਤੱਕ ਪਹੁੰਚਾ ਦਿਓ ਜਨਾਬ। ਉਹ ਸਾਡੇ ਫਾਰਮ ਦੀ ਜ਼ਿੰਮੇਦਾਰੀ ਹੈ ਕਿ ਤੁਹਾਡੇ ਘਰ ਤੱਕ ਚੀਜ਼ ਪਹੁੰਚਾਉਣਾ ਸਹੀ ਸਲਾਮਤ, ਔਰ ਜਨਾਬ ਤੁਹਾਨੂੰ ਉਹ ਚੀਜ਼ ਜਿਹੜੀ ਹੈ ਘਰ ਮਿਲ ਜਾਏਗੀ, ਠੀਕ ਹੈ ਨਾ ਜੀ। ਅਤੇ ਇਹਦੇ ਵਾਸਤੇ ਜਨਾਬ ਤੁਹਾਨੂੰ ਫਿਰ ਜਿਹੜਾ ਮੈਂ ਤੁਹਾਨੂੰ ਵਟਸਐਪ ਨੰਬਰ ਜਿਹੜਾ ਆਪਣਾ ਲਿਖਾ ਦਿੱਤਾ ਉਹ ਤੁਸੀਂ ਦੁਬਾਰਾ ਲਿਖਣਾ, ਲਿਖ ਲਵੋ 03034858273, ਇਹ ਮੇਰਾ ਵਟਸਐਪ ਨੰਬਰ ਹੈ, ਇਹਦੇ 'ਤੇ ਤੁਸੀਂ ਮੇਰੇ ਨਾਲ ਦੋਸਤੋ ਰਾਬਤਾ ਕਰ ਸਕਦੇ ਹੋ। ਦੋਸਤੋ ਮੇਰੇ ਤੋਂ ਇਲਾਵਾ ਕਿਸੇ ਹੋਰ ਕੋਲੋਂ ਵੀ ਚੀਜ਼ ਲਈ ਹੈ ਤੁਸੀਂ ਉਹਦੇ ਬਾਰੇ ਵੀ ਮੇਰੇ ਕੋਲੋਂ ਪੁੱਛ ਸਕਦੇ ਹੋ ਕਿ ਮਲਿਕ ਸਾਹਿਬ ਇਹ ਚੀਜ਼ ਕੈਸੀ ਹੈ, ਔਰ ਜਨਾਬ ਤੁਸੀਂ ਉਹਦੀ ਵਟਸਐਪ 'ਤੇ ਤਸਵੀਰਾਂ ਮੈਨੂੰ ਜਿਹੜਾ ਭੇਜ ਦਿਓ ਅਤੇ ਮੈਂ ਤੁਹਾਨੂੰ ਵੇਖ ਕੇ ਦੱਸ ਦਿਆਂਗਾ ਕਿ ਜੀ ਇਹ ਚੀਜ਼ ਚੰਗੀ ਹੈ ਜਾਂ ਨਹੀਂ ਚੰਗੀ, ਠੀਕ ਹੈ ਨਾ ਜੀ। ਅਤੇ ਇਹ ਜਨਾਬ ਤੁਸੀਂ ਜਿਹਦੇ ਕੋਲੋਂ ਵੀ ਚੀਜ਼ ਲੈਣੀ ਹੈ ਤਾਂ ਤੁਸੀਂ ਇਹ ਨਾ ਸੋਚਿਆ ਕਰੋ ਕਿ 500,000 ਮਹਿੰਗੀ ਮਿਲਦੀ ਪਈ ਹੈ ਅਤੇ ਇਹ ਜਿਹੜੀ ਹੈ ਮੈਨੂੰ 2,000-3,000 ਸੱਸੀ ਮਿਲਦੀ ਪਈ ਹੈ, ਮਗਰ ਉਹ ਚੀਜ਼ ਦੀ ਕੁਆਲਿਟੀ ਜਿਹੜਾ ਬੜਾ ਫਰਕ ਹੋਏਗਾ। ਦੋਸਤੋ ਜਿਸ ਬੰਦੇ ਨੇ ਤੁਹਾਡੇ ਕੋਲ ਹੱਕ ਲਾਲ ਦੇ ਪੈਸੇ ਲੈਣੇ ਨੇ ਨਾ ਅਤੇ ਉਹਨੇ ਜਨਾਬ ਉਹਦੇ ਉੱਤੇ ਖਰਚਾ ਵੀ ਕੀਤਾ ਹੁੰਦਾ, ਅੱਛੀ ਖੁਰਾਕ ਦਿੰਦਾ ਉਹਨੂੰ, ਅੱਛੀ ਉਹਦੀ ਪਰਵਰਿਸ਼ ਕਰਦਾ, ਅੱਛੇ ਉਹਨੂੰ ਜਨਾਬ ਫਾਸੀ ਟੀਕੇ ਲਵਾਉਂਦਾ, ਡਿਵਰਮਿੰਗ ਕਰਵਾਉਂਦਾ ਅਤੇ ਉਹਨੂੰ ਮਾਹੌਲ ਅੱਛਾ ਦਿੱਤਾ ਹੁੰਦਾ, ਇਸ ਵਜ੍ਹਾ ਤੋਂ ਉਹਦੀ ਅਤੇ ਆਮ ਦੁਕਾਨ ਦੀ ਚੀਜ਼ ਦਾ ਜ਼ਮੀਨ ਸਮਾਨ ਦਾ ਫਰਕ ਹੁੰਦਾ। ਅਤੇ ਮੈਂ ਅਕਸਰ ਵੀਡੀਓ ਦੇ ਵਿੱਚ ਤੁਹਾਨੂੰ ਕਹਿੰਦਾ ਰਹਿੰਦਾ ਵਾਂ ਕਿ ਤੁਸੀਂ ਜਦੋਂ ਵੀ ਚੀਜ਼ ਲਵੋ ਅਤੇ ਦੋਸਤੋ ਦੁਕਾਨ ਵਾਲੇ ਕੋਲੋਂ ਨਾ ਲਵੋ, ਘਰ ਵਾਲੇ ਕੋਲੋਂ ਲਵੋ ਜਾਂ ਫਾਰਮ ਵਾਲੇ ਕੋਲੋਂ ਲਵੋ, ਇਹ ਦੋ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਦਿਲ ਦੇ ਨਾਲ ਲਾ ਕੇ ਚੀਜ਼ ਰੱਖੀ ਹੁੰਦੀ ਹੈ, ਠੀਕ ਹੈ ਨਾ। ਅਤੇ ਇਹ ਅਕਸਰ ਮੈਂ ਤੁਹਾਨੂੰ ਕਹਿੰਦਾ ਰਹਿੰਦਾ, ਤੁਸੀਂ ਸਿਰਫ ਲਾਈਕ ਸ਼ੇਅਰ ਕਰ ਦਿਆ ਕਰੋ ਅਤੇ ਅੱਗੇ ਫਿਰ ਮੈਂ ਤੁਹਾਨੂੰ ਆਪ ਹੀ ਦੱਸ ਦਿਆ ਕਰਾਂਗਾ ਤੁਸੀਂ ਕੀ ਕਰਨਾ। ਅਤੇ ਦੋਸਤੋ ਮੈਨੂੰ ਵੀ ਦੁਆਵਾਂ ਯਾਦ ਰੱਖਣਾ, ਮੈਂ ਤੁਹਾਡੇ ਲਈ ਦੁਆਵਾਂ ਕਰਨਾ। ਬਹੁਤ ਸ਼ੁਕਰੀਆ, ਅਸਲਾਮ ਵਾਲੇਕਮ।